ਵੇਖੋ ਜੀ ਵੇਖੋ ਕਿੱਦਾਂ ਸਰਦਾਰ ਰਾਤਰੇ ਪਾਵੇ ਨਿਸ਼ਾਨ ਸਾਹਿਬ ਪੁੱਟਣ ਦੇ ਵੇਖੋ ਅੱਜ ਦਾ ਪੰਜਾਬ ਵੇਖੋ ਜੀ ਵੇਖੋ ਜੀ ਦਵਿੰਦਰ ਸਿੰਘ ਜੀ ਆ ਕੀ ਮਾਮਲਾ ਹੋਇਆ ਗੁਰੂ ਕੀ ਵਡਾਲੀ ਕੋਟ ਖਾਲਸਾ ਏਰੀਏ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਜਿਹੜਾ ਵਾ ਕੁਝ ਵਿਅਕਤੀਆਂ ਵੱਲੋਂ ਢਾਇਆ ਜਾਂਦਾ ਕੌਣ ਲੋਕ ਨੇ ਕੀ ਮਾਮਲਾ ਸਾਰਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਤੇ ਆਪਣੇ ਆ ਪਰ ਨੀਤਾਂ ਇਹਨਾਂ ਦੀਆਂ ਮਾੜੀਆਂ ਇਹ ਲੋਕ ਉਹ ਨੇ ਜਿਹੜੇ ਇੱਕ ਜ਼ਮੀਨ ਦਾ ਟੁਕੜੇ ਬਦਲੇ ਜਿਹੜਾ ਉਹਨਾਂ ਨੇ ਗੁਰੂ ਦੀ ਸਿੱਖੀ ਗੁਰੂ ਦੀ ਮਰਿਆਦਾ ਦਾ ਘਾਣ ਕੀਤਾ ਇਸ ਘਟਨਾ ਨੇ ਦੇਸ਼ਾਂ ਦੇ ਵਿੱਚ ਵੱਸਦੇ ਹਰੇਕ ਸਿੱਖਾਂ ਦਾ ਹਿਰਦਾ ਬਲੁੰਦਰਿਆ ਸੋ ਇਹਨਾਂ ਦੇ ਉੱਪਰ ਕਾਨੂੰਨ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਇਹਨਾਂ 'ਤੇ ਸ਼ਿਕੰਜਾ ਕੱਸ ਕੇ ਇਹਨਾਂ ਨੂੰ ਡਿਬਰੂਗੜ੍ਹ ਜਿਹੜਾ ਵਾ ਉਹ ਲਾਇਆ ਜਾਵੇ ਇਹਨਾਂ ਦੇ ਉੱਪਰ ਵੀ NSA ਲਾਇਆ ਜਾਵੇ ਤਾਂ ਜੋ ਆਮ ਹੋਰ 10 ਬੰਦੇ ਵੀ ਇਦਾਂ ਦੀ ਹਰਕਤ ਕਰਨ ਦਾ ਕੋਈ ਲਹਿਜ਼ਾ ਰੱਖਦੇ ਹੋਣ ਅਤੇ ਕਮ ਸੇ ਕਮ ਉਹਨਾਂ ਨੂੰ ਪਤਾ ਲੱਗੇ ਵੀ ਧਰਾਵਾਂ ਕਿੰਨੀਆਂ ਸਖਤ ਨੇ ਕਾਨੂੰਨ ਕਿੰਨਾ ਸਖਤ ਆ ਮੈਂ ਬੇਨਤੀ ਕਰਾਂ ਆ ਮੈਂ ਲੰਘ ਕੇ ਆਇਆ ਵਾਂ ਭੈਣ ਭਰਾ ਮੈਨੂੰ ਦੱਸ ਰਹੇ ਇੱਥੇ ਕਿ ਥੋੜ੍ਹੇ ਦਿਨ ਪਹਿਲਾਂ ਇੱਥੇ ਕਿਸੇ ਦੀ ਡੈਥ ਹੋ ਗਈ ਕਿਸੇ ਗਰੀਬ ਦੀ ਅਤੇ ਉਹਨੂੰ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸੀ ਅਤੇ ਉਹ 4 ਬੰਦੇ ਲੰਘਣ ਜੋਗੀ ਜਗ੍ਹਾ ਨੇ ਹੈਗੀ ਮੁਰਦਾ ਥੱਲੇ ਡਿੱਗ ਪਿਆ ਆਹ ਹਾਲਾਤ ਆ ਮੈਂ ਕਹਿਣਾ ਚਾਹੁੰਦਾ ਵਾਂ ਅੰਮ੍ਰਿਤਸਰ ਦੇ DC ਸਾਹਿਬ ਨੂੰ ਕਿ DC ਸਾਹਿਬ ਉੱਠੋ ਆਪਣੇ AC ਵਾਲੇ ਮਕਾਨਾਂ ਦੇ ਵਿੱਚੋਂ ਉੱਠੋ ਆਪਣੇ ਦਫ਼ਤਰਾਂ ਦੇ ਵਿੱਚੋਂ ਭਾਈ ਸਾਹਿਬ ਜੀ ਇੱਧਰ ਆਣ ਕੇ ਅਤੇ ਗਰੀਬਾਂ ਦਾ ਹਾਲ ਵੇਖੋ ਧਨਾੜ ਦੇ ਘਰ ਨੂੰ ਕਦੇ ਪਿਆ ਜਾਂਦਾ ਹੋਵੇ ਨਾ ਅਤੇ ਇਹ ਸਰਕਾਰਾਂ ਤੁਹਾਡੀਆਂ ਹੀ MLA ਦੀਆਂ ਫਰਮਾਇਸ਼ਾਂ ਪਾ ਕੇ ਉੱਥੇ ਰੰਗਦਾਰ ਇੱਟਾਂ ਰੰਗ ਬਰੰਗੀਆਂ ਲਾ ਦਿੰਦੇ ਆ ਇਹ ਗਰੀਬਾਂ ਦੇ ਘਰ ਨੂੰ ਜਾਣ ਨੂੰ ਨਿੱਕੀ ਜੀ ਵੱਟ ਆ ਕੀ ਗੱਲ ਇਹ ਗਰੀਬ ਆ ਤਾਂ ਕਰਕੇ ਉਹ ਧਨਾੜ ਨੇ ਤਾਂ ਕਰਕੇ ਇੱਟਾਂ ਨਾਲ ਰੰਗ ਬਰੰਗੇ ਲੱਗ ਜਾਂਦੀਆਂ ਤੁਹਾਡਾ ਕੋਈ ਨਿੱਜੀ ਫਰਜ਼ ਨਹੀਂ ਬਣਦਾ DC ਸਾਹਿਬ ਕਿਰਪਾ ਕਰਕੇ ਉੱਠੋ ਨਿਕਲੋ ਇਹਨਾਂ ਗਰੀਬਾਂ ਦਾ ਮਸੀਹਾ ਬਣੋ ਮਿਸਾਲ ਬਣੋ ਪੰਜਾਬ ਪੰਜਾਬੀਅਤ ਦਾ ਘਾਣ ਬੜੇ ਵੱਡੇ ਲੈਵਲ 'ਤੇ ਹੋ ਰਿਹਾ ਪਿੰਡੋ ਪਿੰਡ ਹੋ ਰਿਹਾ ਨਰੇਗਾ ਤੱਕ ਦਿਹਾੜੀਆਂ ਸਾਡੀਆਂ ਭੈਣਾਂ ਲਾਉਂਦੀਆਂ ਨੇ ਅਤੇ ਉਹਨਾਂ ਖਾਤਿਆਂ ਦੇ ਵਿੱਚ ਉਹਨਾਂ ਧਨਾਡਾਂ ਦੇ ਪੈਸੇ ਜਾ ਰਹੇ ਆ ਜਿਹੜਾ ਇਹਨਾਂ ਗਰੀਬਾਂ ਦੀ ਮਿਹਨਤ ਵੀ ਖਾ ਰਹੇ ਆ ਦਵਿੰਦਰ ਸਿੰਘ ਜੀ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਆ ਤੁਹਾਨੂੰ ਲੱਗਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਦੀ ਵੀਡੀਓ ਸਾਹਮਣੇ ਆਈ ਹੈ ਜੀ ਦੇਖੋ ਜੀ ਜਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਕਰਨੀ ਉਹ ਤਾਂ ਉਹਨਾਂ ਨੇ ਕੀਤੀ ਨਹੀਂ ਨਾ ਜੀ ਪਰਚਾ ਦਰਜ ਕਰਤਾ ਸਿਰਫ ਤੇ ਸਿਰਫ ਲੋਕਾਂ ਦਾ ਰੋਹ ਨੂੰ ਸ਼ਾਂਤ ਕਰਨ ਵਾਸਤੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਵਾਸਤੇ ਇਹਨਾਂ ਲੋਕਾਂ ਨੇ ਪਰਚਾ ਦਰਜ ਕਰ ਦਿੱਤਾ ਸਖ਼ਤ ਧਰਾਵਾਂ ਲਾ ਕੇ ਇਹਨਾਂ ਦੇ ਉੱਪਰ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਸੁੱਟਣਾ ਚਾਹੀਦਾ ਜਿਹੜਾ ਲੈ ਕੇ ਗਏ ਨਿਸ਼ਾਨ ਸਾਹਿਬ ਉਹ ਬਰਾਮਦ ਕਰਨ ਅਤੇ ਸੰਗਤ ਦੇ ਸਾਹਮਣੇ ਰੱਖਣ ਅਤੇ ਆਉਣ ਵਾਲੀ ਜਿਹੜੀ ਹੁਣ ਵੇਖੋ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਸ਼ਾਮ ਤੱਕ ਕੀ ਫੈਸਲਾ ਲੈਂਦੀਆਂ ਨੇ ਅਤੇ ਆਪਾਂ ਜਿਹੜਾ ਵਾ ਉਹ ਸੰਗਤ ਦੇ ਜਿਹੜਾ ਵਾ ਧੰਨਵਾਦ ਦਾ ਪਾਤਰ ਬਣੇ ਪ੍ਰਸ਼ਾਸਨ ਹੁਣ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਾਂ ਫਿਰ IGPC ਪ੍ਰਧਾਨ ਦਾ ਕੋਈ ਬਿਆਨ ਨਹੀਂ ਆਇਆ ਇਸ ਮਾਮਲੇ 'ਤੇ ਜੀ ਦੇਖੋ ਪ੍ਰਧਾਨ ਸਾਹਿਬ ਹੋਣਾ ਨੂੰ ਤਾਂ ਸੋਚਣਾ ਚਾਹੀਦਾ ਇਸ ਮਸਲੇ 'ਤੇ ਅਸੀਂ ਵੀ ਪਹੁੰਚ ਕਰਾਂਗੇ ਇਸ ਮਸਲੇ 'ਤੇ ਇਹ ਪਿੰਡੋ ਪਿੰਡ ਹੀ ਗਰੀਬਾਂ ਦਾ ਬਹੁਤ ਵੱਡਾ ਹਾਲ ਆ ਇਸੇ ਕਰਕੇ ਹੀ ਮੇਰੇ ਖਿਆਲ ਨਾਲ ਜਿਹੜੀ ਆ ਸਿੱਖੀ ਨਾਲ ਟੁੱਟਦੇ ਜਾ ਰਹੇ ਨੇ ਇਹ ਗਰੀਬ ਲੋਕ ਅਤੇ ਉਹਨਾਂ ਲੋਕਾਂ ਨੂੰ ਆਪਣੀਆਂ ਸਟੇਜਾਂ 'ਤੇ ਮਤਲਬ ਮੌਕਾ ਮਿਲ ਜਾਂਦਾ ਕਹਿਣ ਦਾ ਕਿ ਗਰੀਬਾਂ ਨੂੰ ਜਿਹੜਾ ਜਾਤ ਪਾਤ ਕਰਕੇ ਤੋੜਿਆ ਜਾਂਦਾ ਵਾ ਉਹ ਸਾਡੇ ਕੋਲ ਉਹਨਾਂ ਦਰਵਾਜ਼ੇ ਖੁੱਲ੍ਹੇ ਛੱਡੇ ਆ ਸਾਡੇ ਲੋਕ ਜਿਹੜੇ ਆਪਣੇ ਗੱਲਾਂ ਨਹੀਂ ਲਾਉਣ ਦੇ ਇਸੇ ਕਰਕੇ ਜਿਹੜਾ ਪੰਜਾਬ ਪੰਜਾਬੀਅਤ ਦਾ ਜਿਹੜਾ ਬੇੜਾ ਗਰਕ ਦਿਨ ਬਦਲ ਹੁੰਦਾ ਜਾ ਰਿਹਾ ਵਾ ਇੱਕ ਪਾਸੇ ਕਿਸਾਨ ਕਹਿੰਦਾ ਕਿ ਮੈਂ ਕਰਜ਼ੇ ਹੇਠਾਂ ਕੱਲ੍ਹ ਤੁਸੀਂ ਵੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਆ ਜੀ ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਮੈਂ ਸਮਝਦਾ ਵਾਂ ਵੀ ਟਰੈਕਟਰ ਮਾਰਚ ਕੱਢਣੇ ਚੰਗੇ ਆ ਪਰ ਟਰੈਕਟਰ ਨਿਸ਼ਾਨ ਸਾਹਿਬ ਤੇ ਚਾੜਨੇ ਇਹ ਜਿਹੜੇ ਕਿਤੇ ਨਾ ਕਿਤੇ ਪਹਿਲੀ ਵਾਰੀ ਸੁਣੇ ਨੇ ਮੈਂ ਸਮਝਦਾ ਅੰਮ੍ਰਿਤਸਰ ਧਰਤੀ ਆ ਐਸੇ ਰਾਹ ਥਾਂ ਨਹੀਂ ਕਿਤੇ ਮੁਗਲ ਘੋੜਿਆਂ ਤੇ ਆਉਂਦੇ ਹੋਣਗੇ ਅੱਜ ਉਹ ਮੁਗਲ ਜਿਹੜੇ ਉਹ ਟਰੈਕਟਰ ਲੈ ਕੇ ਨਿਸ਼ਾਨ ਸਾਹਿਬ ਢਾਉਂਦੇ ਆ ਅਪਡੇਟ ਹੋ ਗਿਆ ਵਰਜਨ ਇਹਨਾਂ ਦਾ ਹੈ ਇਸ ਕਰਕੇ ਇਹ ਆ ਇਹਨਾਂ ਬੰਦਿਆਂ ਨੇ ਜਿਹੜਾ ਵਾ ਕਿਸਾਨੀ ਨੂੰ ਬਦਨਾਮ ਕੀਤਾ
ਠੀਕ ਹੈ, ਅਤੇ ਜੱਟ ਕੌਮ ਨੂੰ ਬਦਨਾਮ ਕੀਤਾ, ਜ਼ਿਮੀਂਦਾਰ ਭਾਈਚਾਰੇ ਨੂੰ ਬਦਨਾਮ ਕੀਤਾ। ਮੈਂ ਸਾਰੇ ਜ਼ਿਮੀਂਦਾਰ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਅਸੀਂ ਇੱਕ ਮੰਚ 'ਤੇ ਇਕੱਠੇ ਹੋ ਕੇ ਜਿਹੜਾ ਬੰਦਾ ਵੀ ਕਰਦਾ, ਚਾਹੇ ਕੋਈ ਐਸੀ ਗਲਤੀ ਕਰਦਾ ਵਾ, ਅਤੇ ਆਪਾਂ ਉਹਨੂੰ ਜਿਹੜਾ ਕਾਨੂੰਨ ਦੇ ਸ਼ਿਕੰਜੇ 'ਚ ਲੈ ਕੇ ਆਈਏ। ਜੇ ਕੋਈ ਧਨਾੜ ਕਰਦਾ ਵਾ ਤਾਂ ਆਪਾਂ ਉਹਦਾ ਬਹੁਤਾਂਤ ਜਿਹੜੀ ਗਿਣਤੀ ਆ ਧਨਾਡਾਂ ਦੀ ਆ, ਗਰੀਬ ਬੰਦੇ ਵਿਚਾਰੇ ਕੋਈ ਰੋਟੀ ਖਾਣ ਜੋਗਾ ਪੈਸਾ ਨਹੀਂ ਹੈ। ਜੇ ਗਰੀਬ ਤਾਂ ਹੀ ਤਾਂ ਦੱਬ ਲਿਆ ਇੱਥੇ ਆਣ ਕੇ ਬਦਮਾਸ਼ੀ ਕਰਕੇ, ਗਰੀਬ ਦਾ ਜਾਵੇ ਹਾਂ ਕੋਈ ਇੱਥੇ, ਆਹ ਵੇਖੋ ਗੜਗੜ ਤਗੜੀਆਂ ਸੰਪਰਦਾਵਾਂ ਬਣੀਆਂ, ਕਿੱਲਿਆਂ ਦੇ ਕਿੱਲੇ ਮੱਲੀ ਫਿਰਦੇ, ਉੱਧਰ ਜਾਂਦਾ ਕੋਈ ਨਹੀਂ, ਪਤਾ ਨਾ ਵੀ ਮੋਰਾ ਡਾਂਗ ਪੈਣੀ ਆ, ਉੱਧਰ ਕੋਈ ਨਹੀਂ ਜਾਂਦਾ। ਗੁਰਦੁਆਰਿਆਂ ਦੇ ਵਿੱਚ ਭਾਂਡੇ ਵੱਖਰੇ ਕਰਾਏ ਨੇ, ਉੱਧਰ ਜਾਣ ਕਰਾਉਣ ਇੱਕ ਕਿਤੇ, ਉੱਧਰ ਕੋਈ ਨਹੀਂ ਜਾਂਦਾ, ਗਰੀਬਾਂ 'ਤੇ ਆਉਂਦਾ ਵਾ। ਜਗ੍ਹਾ ਦੀ ਗੱਲ ਕੀਤੀ ਜਾਵੇ, ਕਹੀ ਜਾ ਰਹੀ ਜਗ੍ਹਾ ਜਿਹੜੀ ਉਹ ਸਰਕਾਰੀ ਜਗ੍ਹਾ, ਵਾਕਈ ਸਰਕਾਰੀ ਜਗ੍ਹਾ ਸੀ, ਫਿਰ ਇਹਦੇ ਵਿੱਚ ਨਿਸ਼ਾਨ ਸਾਹਿਬ ਗੱਡਿਆ ਕਿਵੇਂ ਗਿਆ ਜੀ? ਲਾਇਆ ਦੇਖੋ ਗੱਲ ਇਸ ਤਰ੍ਹਾਂ ਕਿਵੇਂ ਕੀਤਾ ਗਿਆ, ਇਹ ਸਰਕਾਰੀ ਜਗ੍ਹਾ ਜਿਸ ਤਰੀਕੇ ਦੇ ਨਾਲ ਇੱਥੇ ਸਰਕਾਰੀ ਜਗ੍ਹਾ ਦੇ ਉੱਪਰ ਮਕਾਨ ਬਣ ਸਕਦੇ ਗਰੀਬਾਂ ਦੇ ਹੱਕ ਦੇ ਵਿੱਚ, ਹੈ ਇਸੇ ਤਰ੍ਹਾਂ ਉਹਨਾਂ ਗਰੀਬਾਂ ਵਾਸਤੇ ਇੱਥੇ ਧਾਰਮਿਕ ਸਥਾਨ ਵੀ ਬਣਦਾ ਪਿਆ ਵਾ। ਕਬਜ਼ਾ ਪੁਰਾਣੇ ਧਨਾਡਾਂ ਦਾ ਸੀ, ਉਹ ਚਾਹੁੰਦੇ ਨਹੀਂ ਸਾਡੇ ਕੋਲ ਜਿਹੜਾ ਕਬਜ਼ਾ ਛੁੱਟੇ, ਅੱਜ ਐਸੀ ਜਿਹੜਾ ਜਾਗ ਪਿਆ ਵਾ ਪੰਜਾਬ ਦਾ, ਅਤੇ ਉਹ ਹੁਣ ਆਪਣਾ ਹੱਕ ਜਿਹੜਾ ਵਾ ਮੰਗਣ ਵਾਸਤੇ ਸੜਕਾਂ 'ਤੇ ਆ ਗਿਆ ਵਾ, ਡਟਣ ਲੱਗ ਪਿਆ ਵਾ, ਉਹਨਾਂ ਨੂੰ ਫਿਰ ਹਜ਼ਮ ਨਹੀਂ ਹੋ ਰਿਹਾ। ਇਸ ਕਰਕੇ ਹੁਣ ਬਚ ਕੇ ਰਹੋ ਮੇਰੇ ਵੀਰ, ਥੋੜ੍ਹਾ ਜਿਹਾ ਆਪਣੀਆਂ ਜਿਹੜੀਆਂ ਵੱਧ ਫੈਲੀਆਂ ਇਹਨਾਂ ਨੂੰ ਬੰਦ ਕਰ ਦਿਓ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਤੁਹਾਨੂੰ ਨਾ ਐਸੀ ਸਮਾਜ ਦਾ ਜਿਹੜਾ ਵਾ ਰੋਸ ਆ ਤੁਹਾਨੂੰ ਵੇਖਣ ਨੂੰ ਮਿਲੇਗਾ ਤੁਹਾਨੂੰ। ਇਹ ਕਿਸੇ ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਜਾਂ ਆਮ ਲੋਕ ਸੀ, ਕੌਣ ਸਨ ਇਹ ਲੋਕ? ਦੇਖੋ ਆਮ ਤਾਂ ਨਹੀਂ ਹੈਗੇ, ਤਾਂ ਸਿੱਖੀ ਦੇ ਭੇਸ ਵਿੱਚ ਮੁਗਲ ਸੀ, ਹੈਗੀ ਤਾਂ ਸਿੱਖੀ ਦੀ ਪੈਗ ਵਿੱਚ ਮੁਸਲ ਸੀ, ਆਮ ਉਮਣੀ ਜਿਹੜਾ ਗੁਰੂ ਦਾ ਨਹੀਂ ਬਣੇ ਸਾਡਾ ਕਿੱਥੋਂ ਬਣਨਾ ਇਹਨਾਂ ਨੇ? ਸੋ ਅਸੀਂ ਆਪਣੇ ਨਹੀਂ ਕਵਾਂਗੇ ਇਹਨਾਂ ਨੂੰ, ਠੀਕ ਹੈ? ਜਿਹੜੇ ਆਪਣੇ ਉਹਨਾਂ ਨੂੰ ਛਾਤੀ ਨਾਲ ਲਾਵਾਂਗੇ, ਅਤੇ ਜਿਹੜੇ ਬਗਾਨੇ ਆ ਉਹਨਾਂ ਨੂੰ ਫਿਰ ਚੜ੍ਹ ਕੇ ਮਿਲਾਂਗੇ ਆਪਾਂ। ਫਿਲਹਾਲ ਕਿਸਾਨ ਜਥੇਬੰਦੀਆਂ ਦੇ ਆਗੂ ਪੱਲਾ ਝਾੜ ਗਏ ਨੇ, ਕਹਿੰਦੇ ਸਾਡੇ ਬੰਦੇ ਨਹੀਂ ਸੀ ਜੀ। ਦੇਖੋ ਗੱਲ ਇਸ ਤਰ੍ਹਾਂ ਵਾ ਵੀ ਗੱਲ ਝੰਡੇ ਦੀ ਸੀ, ਗੱਲ ਨਿਸ਼ਾਨ ਸਾਹਿਬ ਦੀ ਸੀ, ਕਿਸਾਨ ਜਥੇਬੰਦੀਆਂ ਨੂੰ ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ, ਬਚਾਉਣਾ ਚਾਹੀਦਾ, ਨਹੀਂ ਤਾਂ ਕਿਸਾਨੀ ਬਦਨਾਮ ਹੋ ਰਹੀ ਹੈ, ਜਥੇਬੰਦੀਆਂ ਬਦਨਾਮ ਹੋ ਰਹੀਆਂ, ਕਿਸਾਨੀ ਲੜਦੀ ਚੰਗੀ ਲੱਗਦੀ ਆਈ ਹੋਈ ਕਿਸਾਨ ਨੇ, ਜਿਨ੍ਹਾਂ ਦੇ ਮਰਲਾ ਮਰਲਾ ਜੱਗੀ ਵਰਗਿਆਂ ਦਾ ਸਿਰ ਪੜਵਾਇਆ ਜੱਗੀ ਵਰਗਿਆਂ ਨੇ ਤੁਹਾਡੇ ਨਾਲ, ਤੁਸੀਂ ਤਾਂ ਬਦਾਮ ਕਾਜੂ ਖਾ ਕੇ ਆ ਗਏ ਬਾਰਡਰਾਂ 'ਤੇ, ਸਟੇਜਾਂ 'ਤੇ ਮਾਲਕ ਬਣ ਕੇ ਗਰੀਬਾਂ ਨੂੰ ਚੜ੍ਹ ਨਹੀਂ ਦਿੰਦੇ। ਇਸ ਕਰਕੇ ਹੁਣ ਜੇ ਸਾਨੂੰ ਮੋਰਚਾ ਲਾਉਣਾ ਵੱਖਰਾ ਪਿਆ, ਅਸੀਂ ਵੱਖਰਾ ਲਾਵਾਂਗੇ ਮੇਰੇ ਵੀਰ। ਜੇ ਤੁਸੀਂ ਅੱਜ ਮਜ਼ਦੂਰ ਵੱਖਰਾ ਕਰਤਾ, ਕਿਸਾਨ ਵੱਖਰਾ ਕਰਤਾ, ਉਹ ਕਿਸਾਨੀ ਦੇ ਝੰਡੇ ਥੱਲੇ ਬਦਮਾਸ਼ੀ ਥੋੜ੍ਹਾ ਆਪਾਂ ਹੋਣ ਦੇਵਾਂਗੇ ਮੇਰੇ ਭਰਾ? ਨਰੇਗਾ ਦੀ ਗੱਲ ਚੁੱਕ ਰਹੇ ਤੁਹਾਡੇ ਹੱਕ ਦੇ ਵਿੱਚ ਜੀ? ਕੋਈ ਗੱਲ ਨਹੀਂ, ਜਿਹੜੀ ਸੱਚੀ ਗੱਲ ਆ ਨਾ ਮੇਰੇ ਭਰਾ, ਉਹ ਕਰਨੀ ਕਰਨੀ ਆ। ਨਰੇਗਾ ਤਾਂ ਗੱਲ ਚੁੱਕਦੇ ਪਏ ਆ ਕਿਉਂਕਿ ਦਿਹਾੜੀਆਂ ਮਜ਼ਦੂਰ ਕਰਦਾ ਭੈਣਾ ਕਰਦੀਆਂ, ਅਤੇ ਪੈਸੇ ਧਨਾਡਾਂ ਦੇ ਖਾਤਿਆਂ 'ਚ ਜਾ ਰਹੇ ਨੇ, ਉਹ ਵੀ ਕਢਾਵਾਂਗੇ ਸਾਰਾ ਕੁਝ ਆਪਾਂ, ਫਿਕਰ ਨਾ ਕਰੋ ਤੁਸੀਂ। ਹੁਣ ਨਿਸ਼ਾਨ ਸਾਹਿਬ ਜਿਹੜਾ ਸਥਾਪਿਤ ਕੀਤਾ ਜਾਊਗਾ ਅੱਜ ਜੀ, ਗੁਰੂ ਕਿਰਪਾ ਕਰੇ ਜਦੋਂ ਵੀ ਪ੍ਰਸ਼ਾਸਨ ਸਾਨੂੰ ਨਿਸ਼ਾਨ ਸਾਹਿਬ ਬਰਾਮਦ ਕਰਕੇ ਦੇਵੇਗਾ, ਜਥੇਬੰਦੀਆਂ ਆ ਗਈਆਂ ਵਾ, ਤਗੜਾ ਫੈਸਲਾ ਲਵਾਂਗੇ, ਗੁਰਦੁਆਰਾ ਬਣ ਕੇ ਰਹੇਗਾ ਇੱਥੇਗਾ ਜੀ। ਧੰਨਵਾਦ ਜੀ।